ਸਾਨੂੰ ਪ੍ਰਮੋਟ ਕਰਕੇ ਸਾਡੇ ਅੰਦੋਲਨ ਨੂੰ ਖੁੱਲਣਬਾਜ਼ਾਂ ਦਾ ਰੂਪ ਦੇਣਾ ਚਾਹੁੰਦੀਆਂ ਨੇ। ਤੁਸੀਂ ਸਾਰੇ ਸਾਡੀ ਗੱਲ ਦੀ ਇਹਨੂੰ ਬੇਨਤੀ ਨੂੰ ਮੰਨ ਕੇ ਸ਼ਾਂਤ ਰਹੋ, ਮੋਰਚਾ ਜਿੱਤਾਂਗੇ, ਸ਼ਾਂਤੀ ਨਾਲ ਜਿੱਤਿਆ ਜਾਣਾ। ਜੇ ਕਿਸੇ ਤਰ੍ਹਾਂ ਦੀ ਵੀ ਆਪਾਂ ਗਰਮੀ ਕਰਾਂਗੇ ਤਾਂ ਮੋਰਚਾ ਜਿੱਤਿਆ ਜਾਣਾ। ਕੱਲ ਜਿਹੜਾ ਸਾਡਾ ਬੱਚਾ ਗਿਆ, ਅਸੀਂ ਉਸ ਮਾਂ ਦੇ ਸਾਹਮਣੇ, ਉਸ ਪਿਓ ਦੇ ਸਾਹਮਣੇ, ਉਸ ਦਾਦੀ ਦੇ ਸਾਹਮਣੇ ਚੱਕ ਨਿਕਲੇ ਨਹੀਂ ਗਏ। ਠੀਕ ਹੈ, ਅਸੀਂ ਮੰਨਦੇ ਹਾਂ ਸਾਡੀ ਉਮਰ ਦਾ ਤੇ ਸਾਡੇ ਬੱਚਿਆਂ ਦੀ ਉਮਰ ਦਾ, ਸਾਡੇ ਬੱਚਿਆਂ ਦਾ ਖੂਨ ਗਰਮ ਹੈ। ਇਸੇ ਕਰਕੇ ਤਾਂ ਅਸੀਂ ਤੁਹਾਡੇ ਮੂਹਰੇ ਫਿਰਦੇ ਹਾਂ ਕਿ ਗਰਮ ਖੂਨ ਕਿਤੇ ਸਾਡਾ ਇੱਕ ਵੀ ਜਵਾਬ ਜਿਹੜਾ ਇੱਕ ਮਰ ਗਿਆ ਜਿਹਦਾ, ਉਹ ਠੀਕ ਹੈ। ਕੋਈ ਕਹਿ ਸਕਦਾ ਕਿ ਕੀ ਫਰਕ ਪੈਂਦਾ, ਪਰ ਜਿਹਦਾ ਮਰਿਆ ਉਹਨੂੰ ਪਤਾ। ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਆ, ਅਸੀਂ ਤੁਹਾਨੂੰ ਗਵਾਉਣਾ ਨਹੀਂ ਚਾਹੁੰਦੇ, ਅਸੀਂ ਤੁਹਾਨੂੰ ਜਿਉਂਦੇ ਜਾਣਦੇ ਆਪਦੇ ਹਿੱਤਾਂ ਨਾਲ ਰੱਖ ਕੇ ਲੰਬਾ ਜਿਹੜੇ ਅਸੀਂ ਫਿਰ ਤੁਹਾਡੀਆਂ ਜ਼ਮੀਨਾਂ ਰੱਖ ਕੇ ਕੀ ਕਰਨਾ। ਜੇ ਸਾਡੇ ਹੋਵੇ ਸਾਡਾ ਯੂਥ ਕਰ ਰਿਹਾ, ਫਿਰ ਇਹਨਾਂ ਜ਼ਮੀਨਾਂ ਦੀ ਕੋਈ ਗੱਲ ਨਹੀਂ। ਇਸ ਵਾਸਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਨੌਜਵਾਨ ਕਿਰਪਾ ਕਰਕੇ ਜਿਹੜਾ ਸਾਡੀ ਗੱਲ ਨੂੰ ਸੁਣੋ, ਸੁਣ ਕੇ ਸ਼ਾਂਤ ਰਹੋ, ਉਹ ਤੁਹਾਨੂੰ ਪ੍ਰਵੋਕ ਕਰਕੇ, ਤੁਹਾਨੂੰ ਭੜਕਾ ਕੇ, ਤੁਹਾਡੇ ਜਜ਼ਬਾਤਾਂ ਨੂੰ ਭੜਕਾ ਕੇ ਤੁਹਾਡਾ ਨੁਕਸਾਨ ਕਰਨਾ ਚਾਹੁੰਦੇ ਨੇ। ਆਪਾਂ ਮੋਰਚਾ ਜਿੱਤਣਾ ਚਾਹੁੰਦੇ ਹਾਂ, ਫਰਕ ਬਹੁਤ ਆ ਦੋਹਾਂ ਗੱਲਾਂ ਚ। ਮੋਰਚਾ ਜਿੱਤਣਾ, ਤਕੜੇ ਹੋ ਜਾਓ, ਵਾਹਿਗੁਰੂ ਕਿਰਪਾ ਕਰੇ, ਸਾਡੀ ਗੱਲ ਮੰਨੋ, ਮੋਰਚੇ ਦੇ ਇਹਦੇ ਚ ਵੀ ਜਿੱਤ ਤੁਹਾਡੀ ਝੋਲੀ ਚ ਪਾਵਾਂਗੇ।